ताज़ा मामला अमृतसर तो आ रहा है जिथे एक्साइज विभाग ने वड्डी कामयाबी हासिल की है। तीन पिंडां विच हजारां लीटर कच्ची लाण नूं बरामद किया गया है। इस संबंधी जानकारी देंदे हुए एक्साइज इंस्पैक्टर मैडम रजवंत कौर गिल ने दस्सिया कि उन्हां नूं एक खास मुखबर ने इतलाह दित्ती सी कि ब्लाक चुगावां विच पूरे जोर शोर नाल देसी शराब का वड्डा कारोबार चल रहा है, जिसके चलदियां उन्हां वल्लों अज ब्लाक चुगावां दे तिन्नां पिंडां विच छापेमारी की गई, जिथे वड्डी मात्रा विच कच्ची लाण अते देसी शराब बरामद की गई। उन्हां दस्सिया कि लोकां दे घरां विचों कुछ नहीं मिलिया, पर लोकां वल्लों बाहर शक्की नाले दे किनारे करीब 15 ड्रम कच्ची लाण दे दब्बे होए सन, जो कि करीब 3000 लीटर कच्ची लाण बनती है। इस दे नाल ही पिंडां विचों भारी मात्रा विच देसी शराब भी बरामद की गई। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੀ ਮੈਡਮ ATC ਰਮਨਦੀਪ ਕੌਰ ਕਮਿਸ਼ਨਰ PTO ਹੇਮੰਤ ਸ਼ਰਮਾ ਜੀ ਦੀ ਨੌਲੇਜ ਲਿਆ ਕੇ ਸਾਰਾ ਹੀ ਕੰਮ ਜਿਹੜਾ ਹਿੱਸੇ ਜਾ ਰਿਹਾ ਵਾ ਉਹਦੇ ਵਿੱਚ ਮੈਨੂੰ ਇੱਕ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਜਗਾਵੇਂ ਸਰਕਲ ਦੇ ਵਿੱਚ ਜਿਹੜਾ ਸ਼ਰਾਬ ਦਾ ਦੇਸੀ ਮਜਿਆ ਸ਼ਰਾਬ ਦਾ ਧੰਦਾ ਵਾ ਉਹ ਬੜੇ ਜ਼ੋਰਾਂ ਸ਼ੋਰਾਂ ਨਾਲ ਬਹੁਤ ਹੀ ਲਾਰਜ ਸਕੇਲ 'ਤੇ ਹੋ ਰਿਹਾ ਅਤੇ ਅਸੀਂ ਅੱਜ ਪਿੰਡ ਜੱਜੇ ਉਸ ਤੋਂ ਬਾਅਦ ਸੌੜੀਆਂ ਉਸ ਤੋਂ ਬਾਅਦ ਮਮੰਦ ਇਹਨਾਂ ਤਿੰਨਾਂ ਕੁ ਪਿੰਡਾਂ ਦੇ ਵਿੱਚ ਰੇਡ ਕੀਤਾ ਵਾ ਅਤੇ ਜਿਹੜਾ ਮਤਲਬ ਖਾਸ ਤੌਰ 'ਤੇ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਕੋਈ ਇੰਨਾ ਸਮਾਨ ਨਹੀਂ ਮਿਲਿਆ, ਲੇਕਿਨ ਜਿੱਥੇ ਜਿੱਥੇ ਉਹਨਾਂ ਨੇ ਬਾਹਰ ਕੋਈ ਡਰੰਮ ਡਰੁੰਮ ਦੱਬੇ ਹੋਏ ਸੀ ਉਹ ਸੱਕੀ ਦੇ ਨਾਲ ਨਾਲ ਉਹ ਸਾਨੂੰ ਕੋਈ 15 ਕੁ ਡਰੰਮ ਮਿਲ ਗਏ ਆ ਜਿਹਦਾ 200 KG ਤੁਸੀਂ ਇੱਕ ਦਾ ਲਾ ਲਓ 3000 ਲੀਟਰ ਲਾਣ ਮਿਲੀ ਹੈ ਸਾਨੂੰ ਉੱਥੋਂ ਅਤੇ 34 ਕੁ ਬੋਤਲਾਂ ਸ਼ਰਾਬ ਇੱਕ ਪਰਾਲੀ ਦੇ ਢੇਰ ਦੇ ਵਿੱਚ ਉੱਥੇ ਮਿਲੀ ਹੈ। ਠੀਕ ਹੈ ਜੀ, ਇੱਕ ਖਾਲੀ ਕੈਨ ਮਿਲਿਆ ਵਾ ਅਤੇ ਇੱਕ ਖਾਲੀ ਸਾਨੂੰ ਛੋਟਾ ਕੈਨ ਮਿਲਿਆ। ਇਹ ਤਾਂ ਸਾਡਾ ਹੋ ਗਿਆ ਜੀ ਉਹ ਕੰਮ ਜਿਹੜਾ ਸਾਡਾ ਬਾਹਰੋਂ ਲਵਾਰਸ ਜਗ੍ਹਾ ਤੋਂ ਮਿਲਿਆ ਜਿਹਨੂੰ ਅਸੀਂ ਡਿਸਟ੍ਰਾਈ ਕੀਤਾ ਵਾ। ਉਸ ਤੋਂ ਬਾਅਦ ਇੱਕ ਪਿੰਡ ਹੈਗਾ ਜੀ ਕੁੱਤੀਵਾਲ, ਅਸੀਂ ਉੱਥੇ ਰੇਡ ਕੀਤਾ। ਉਹ ਸਰਪੰਚਾਂ ਦੇ ਡੇਰੇ ਵੱਜਦੇ ਆ ਅਤੇ ਉਹਨਾਂ ਦੇ ਨਾਲ ਹੀ ਕੁਆਟਰ ਨੇ ਸ਼ੈੱਡ ਸ਼ੁੱਡ ਜਿਹੇ ਬਣੇ ਹੋਏ ਆ ਸ਼ੈੱਡਾਂ ਦੇ। ਜੇ ਸਾਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਸੀ ਵੀ ਉੱਥੇ ਕੋਈ ਬੜਾ ਵੱਡਾ ਹੀ ਦੇਸੀ ਨਜਾਇਜ਼ ਸ਼ਰਾਬ ਦਾ ਜ਼ਖੀਰਾ ਪਿਆ ਹੋਇਆ, ਅਸੀਂ ਜਦੋਂ ਜਾ ਕੇ ਉੱਥੇ ਰੇਡ ਕੀਤਾ ਅਤੇ ਸਾਨੂੰ ਉੱਥੋਂ 80 ਲੀਟਰ ਸ਼ਰਾਬ ਜੋ ਕਿ 106 ਬੋਤਲਾਂ ਬਣ ਜਾਂਦੀਆਂ ਨੇ ਘੱਟੋ ਘੱਟ ਅਤੇ 6 ਪਲਾਸਟਿਕ ਦੇ ਡਰੰਮ ਮਿਲੇ ਆ ਅਤੇ 200 KG ਇਹਨੂੰ ਲਾਈਏ ਤਾਂ 1200 ਲੀਟਰ ਇਹ ਲਾਣ ਬਣ ਜਾਂਦੀ ਹੈ ਜੀ ਸਾਡੀ। ਅਤੇ ਇੱਕ ਲੋਹਾ ਸਮਾਨ ਭੱਠੀ, ਇੱਕ ਸ਼ਰਾਬ ਕੱਢਣ ਵਾਲੀ ਬੜੀ ਹੀ ਨਵੀਂ ਕਿਸਮ ਦੀ ਮੈਨੂੰ ਮਸ਼ੀਨ ਜਿਹੜੀ ਸ਼ਿਕਾਲੇ ਟਾਈਪ ਨੂੰ ਫਿੱਟ ਕੀਤੀ ਹੋਈ ਸੀ ਉਹਨਾਂ ਨੇ, ਉਹਦੇ ਉੱਤੇ ਭੱਠੀ ਲਾ ਕੇ ਥੱਲੇ ਚਾਲੂ ਨਹੀਂ ਸੀ ਭੱਠੀ, ਬਸ ਲੱਕੜਾਂ ਲੁੱਕੜਾਂ ਰੱਖੀਆਂ ਸੀ ਅਤੇ ਉਹਦੇ ਉੱਪਰ ਉਹਨਾਂ ਨੇ ਉਹ ਮਸ਼ੀਨ ਫਿੱਟ ਕੀਤੀ ਸੀ। ਉਹ ਮਸ਼ੀਨ ਜਿਹੜੀ ਆ ਉਹ ਮਸ਼ੀਨ ਮਤਲਬ ਮੈਂ ਫਸਟ ਟਾਈਮ ਹੀ ਵੇਖੀ ਆ ਕਿ ਇਸ ਤਰ੍ਹਾਂ ਦੀਆਂ ਮਸ਼ੀਨਾਂ ਵੀ ਇਹੋ ਜਿਹੇ ਕੰਮ 'ਚ ਆਉਂਦੀਆਂ ਨੇ। ਉਹ ਮਸ਼ੀਨ ਵੀ ਅਸੀਂ ਫੜਦੇ ਆਏ ਹਾਂ, ਬਾਕੀ 4 ਖਾਲੀ ਕੈਨੀਆਂ ਮਿਲੀਆਂ ਵਾ ਅਤੇ ਦੁੱਧ ਜਿਹੜੀਆਂ ਡਿੱਗੀਆਂ ਹੁੰਦੀਆਂ ਦੁੱਧ ਪਾਉਣ ਵਾਲੀਆਂ 2 ਖਾਲੀ ਉਹ ਮਿਲੀਆਂ ਵਾ ਅਤੇ ਇੱਕ ਪੈਨ ਬੋਤਲ ਮਿਲਿਆ ਜਿਹਦੇ 50 ਬੋਤਲਾਂ ਸ਼ਰਾਬ ਆ। ਅਤੇ ਅਸੀਂ SHO ਸਾਹਿਬ ਨਾਲ ਉਠਾਣੇ ਗੱਲ ਕਰ ਲਈ ਆ, ਸਮਾਨ ਲੋਡ ਕਰਕੇ ਉੱਥੇ ਜਾ ਰਹੇ ਹਾਂ ਅਤੇ ਦੋਸ਼ੀ ਦੀ ਨਾ ਪਤਾ ਕਰਕੇ ਸਾਰਾ ਵੀ ਕਿਹਦੀ ਆ ਇਹ ਕਿਹਦਾ ਵਾ, ਮੈਨੇ ਕਿੰਨੇ ਇੰਨਾ ਲਾਰਜ ਸਕੇਲ 'ਤੇ ਉੱਥੇ ਕੰਮ ਕੀਤਾ ਹੋਇਆ ਵਾ, ਉਹ ਅਸੀਂ ਵੈਰੀਫਾਈਡ ਕਰਕੇ ਉਹ ਬੰਦੇ ਦੀ ਅਗੇਂਸਟ ਪਰਚਾ ਹੋ। ਪ੍ਰਾਈਮ ਉਹਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।